मित्रों करो दर्शन कांता पक्षी ते सनी गल मोगा भाई होर भी नाल बंदे फ्रेंड पहुंचे भाई उन्होंने ते आज गल्लां बातें करते हैं अपन गलबात करांगे अज बाई उन्होंने गलबात करते हैं बूटरबाजी जी बरीकियां ने मैं लगता जी वीडियो थोड़ा बहुत ही ज्यादा पसंद आऊगी क्योंकि पंजाब के नामवार कबूतरबाज जिहड़े हैगे ने इत्थे पहुंचे हुए ने अज आप गलबात करते हैं। सत श्री अकाल भाई। सत श्री अकाल जी। कबूतरबाजी करते ਸੋਮਕ ਭਾਈ ਕਿਵੇਂ ਪਿਆ ਕਬੂਤਰ ਬਾਜੀ ਦਾ ਪਹਿਲਾਂ ਘਰੇ ਰੱਖੀ ਸੀ ਕਿਹਦੇ ਰੱਖੇ ਹੋਏ ਸੀਗੇ ਜੀ ਆਪੇ ਦੇ ਰੱਖੀ ਸੀ ਬਾਪੂ ਦੇ ਅੱਛਾ ਜੀ ਫਿਰ ਤੁਹਾਨੂੰ ਉਹਨਾਂ ਤੋਂ ਸ਼ੌਂਕ ਪੈ ਗਿਆ ਸ਼ੌਂਕ ਤੇ ਜਣੀ ਉਹਨਾਂ ਤੋਂ ਨਹੀਂ ਪਿਆਗਾ ਸ਼ੌਂਕ ਤੇ ਪਾਸੋਂ ਹੀ ਪਿਆ ਪਰ ਘਰੇ ਸੀ ਕਬੂਤਰਾਂ ਦੇ ਮੂੰਹ ਪੈ ਗਿਆ ਫਿਰ ਘਰ ਦੇ ਥੋੜਾ ਜਿਹਾ ਜਿਹੜਾ ਬਾਈ ਇਹ ਬਾਜੀਆਂ ਛੱਡਣ ਦਾ ਸਿਲਸਿਲਾ ਸੀਗਾ ਇਹ ਕਦੋਂ ਕੁ ਸ਼ੁਰੂ ਹੋਇਆ ਹੋ ਗਿਆ ਉਹਨੇ ਕੁਛ 20-23 ਸਾਲ ਕਿੱਥੇ ਕਿ ਛੱਡੀ ਜੀ ਬਾਈ ਪਹਿਲੀ ਬਾਜੀ ਅਸੀਂ ਨਾਲ ਦੇ ਪਿੰਡ ਛੜੀ ਪਾਲ ਕਲਾ ਪਿੰਡ ਆਪਣੇ ਤੋਂ 4 ਕਿਲੋਮੀਟਰ ਹੀ ਪੱਕੇ ਤੋਂ ਠੀਕ ਹੈ ਜੀ ਕੀ ਰਿਜ਼ਲਟ ਮਿਲਿਆ ਜੀ ਫਿਰ ਉਹ ਬਾਜੀ ਦਾ ਉਸ ਰਿਜ਼ਲਟ ਤਾਂ ਜੀ ਉਦੋਂ ਬਹੁਤ ਚੰਗਾ ਮਿਲਿਆ ਪਹਿਲੀ ਬਾਜੀ ਬਾਕੀ ਜਿਹੜਾ ਕੋਈ ਵੀ ਬੰਦਾ ਨਵੀਆਂ ਬਾਈਆਂ ਛੱਡਣ ਲੱਗਦਾ ਪਹਿਲੀਆਂ ਤਾਂ ਬੜੀਆਂ ਚੰਗੀਆਂ ਜਿੰਦਾ ਹਾਂਜੀ 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 ਤੇ ਬਾਈ ਜੀ ਸਾਂਭਣ ਦਾ ਫਿਰ ਕਬੂਤਰਾਂ ਦਾ ਕਿਵੇਂ ਕਰਿਆ ਉਦੋਂ ਪਹਿਲੀ ਬਾਜੀ ਕਿਹਨੇ ਸਾਂਭਿਆ ਪਹਿਲੀ ਬਾਜੀ ਬਾਈ ਸਾਈ ਨੇ ਸਾਂਭਿਆ ਅੱਛਾ ਸਾਈ ਬਾਈ ਨੇ ਸਾਂਭਿਆ 14-15 ਸਾਲ ਉਹੀ ਸਾਂਭਦੇ ਰਹੇ ਠੀਕ ਹੈ ਜੀ ਹੁਣ ਕੋਈ 10 ਸਾਲਾਂ ਦੇ ਮਾੜਾ ਮੋਟਾ ਜਾਂ ਆਪ ਨੂੰ ਥੋੜਾ ਬਹੁਤਾ ਜਿਹਾ ਵੱਲ ਆ ਗਿਆ ਵੱਡਾ ਸਮਾਂ ਲੱਗ ਗਿਆ ਤੇ ਬਾਈ ਜੀ ਜਿਹੜੇ ਵੀ ਨਹੀਂ ਵੀ ਜਣੀ ਮਾੜਾ ਮੋਟਾ ਯਾਵਾ ਕਰ ਲਈ ਦੀ ਆ ਠੀਕ ਹੈ ਜੀ ਕੀ ਜਾਣੇ ਬਾਈ ਜੀ ਦੇਖ ਸਕਦੇ ਹੋ ਤੁਸੀਂ ਜਿੰਨੇ ਵੀ ਆਪਣੇ ਕਬੂਤਰਬਾਜ਼ ਵੀਡੀਓ ਦੇਖਣ ਵਾਲੇ ਆ ਬਾਈ ਨੇ ਬੜੀ ਵਧੀਆ ਗੱਲ ਕਹੀ ਆ ਵੀ 10-15 ਸਾਲਾਂ ਦੇ ਵਿੱਚ ਸਾਨੂੰ ਹੋਰ ਮਾੜਾ ਮੋਟਾ ਹੀ ਆਏਗਾ ਤੇ ਆਪਾਂ ਕਹਿੰਦੇ ਹੁੰਦੇ ਆ ਵੀ ਆਪਾਂ 2 ਮਹੀਨਿਆਂ ਦੇ ਵਿੱਚ ਜਾਂ 3 ਮਹੀਨਿਆਂ ਦੇ ਵਿੱਚ ਆਪਾਂ ਨੂੰ ਸਾਰਾ ਕੁਝ ਹੀ ਪਤਾ ਲੱਗ ਜੇ ਕਬੂਤਰਬਾਜ਼ੀ ਦੀ ਜਿਹੜੀ ਸਾਰੀ ਗੇਮ ਆ ਉਹ ਆਪਣੇ ਹੱਥਾਂ 'ਚ ਆ ਜੇ ਤਾਂ ਬਾਈ ਜੀ ਵੱਡੀ ਜਿਹੜੀ ਵੱਡੀਆਂ ਪ੍ਰਾਪਤੀਆਂ ਲੈਣ ਲਈ ਆਪਣਾ ਜਿਹੜਾ ਸੰਘਰਸ਼ ਆ ਉਹ ਵੀ ਵੱਡਾ ਹੁੰਦਾ ਹੈਗਾ ਆਪਾਂ ਨੂੰ ਵੱਡੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਤੇ ਬਾਈ ਜੀ ਇੱਕ ਨਾ ਆਪਾਂ ਆਮ ਹੀ ਦੇਖਦੇ ਆ ਕਬੂਤਰ ਜਿਹੜੇ ਮਤਲਬ ਵੱਡੇ ਖਿਡਾਰੀਆਂ ਦੇ ਵੀ 3 ਵਜੇ ਨੂੰ ਜਿਹੜਾ ਕਬੂਤਰ ਨੇ ਉਹ ਪਿੰਡ ਛੱਡ ਜਾਂਦੇ ਆ ਕੀ ਕਾਰਨ ਹੋ ਸਕਦਾ ਜੀ ਉਹਦਾ ਕਾਰਨ ਨਹੀਂ ਮੈਂ ਤਾਂ ਕਰ ਮਾੜੇ ਕਹਿੰਦਾ ਜਿੱਦੇ ਪਿੰਡ ਛੱਡ ਜਾਂਦੇ ਤੇ ਮਾੜੇ ਖਰਮ ਹੋ ਜਾਂਦੇ ਜੀ ਮਾੜੇ ਖਰਮ ਹੋ ਜਾਂਦੇ ਬਾਈ ਉਹ ਦੂਜੇ ਜਾਨਵਰਾਂ ਬਾਈ ਖੜਾ ਖੜਿਆ ਰਹਿ ਜਾਂਦਾ ਹਨਾ ਬਿਲਕੁਲ ਜੀ ਬਿਲਕੁਲ ਉਹਦਾ ਖੜਾ ਰਹਿੰਦਾ ਜਿਹੜਾ ਨਹੀਂ ਜਿਹਦਾ ਚਲਾ ਜਾਂਦਾ ਜਾ ਕੇ ਦੂਜੇ ਪਿੰਡ ਵੱਧ ਉੱਡਦਾ ਉਹ ਤਾਂ ਉਹਦੀ ਹਾਰ ਦੇ ਕਾਰਨ ਹੀ ਹਾਂ ਬਿਲਕੁਲ ਠੀਕ ਹੈ ਜੀ ਨਹੀਂ ਕਈਆਂ ਦਾ ਮੈਂ ਐਵੇਂ ਦੇਖਿਆ ਜੀ ਆਪਦੇ ਕੋਲ ਕਬੂਤਰ ਵਧੀਆ ਆਪਦੇ ਕੋਲ ਜਿਹੜਾ ਕਬੂਤਰ ਉਹ ਘੱਟ ਉੱਡਦਾਗਾ ਮਤਲਬ ਪਿੰਡ ਛੱਡ ਜਾਂਦਾਗਾ ਜਦੋਂ ਉਹੀ ਕਬੂਤਰ ਨੂੰ ਕੋਈ ਹੋਰ ਬੰਦੇ ਦੇ ਘਰ ਲਿਆ ਕੇ ਆਦਾ ਬੰਦਾ ਲਾ ਕੇ ਛੱਡਦਾਗਾ ਉਹੀ ਕਬੂਤਰ ਦਿਨ ਲਾਉਂਦੇ ਬਾਜੀ ਨੂੰ ਖਿਡਾਰੀ ਦੇ ਨੜੀ ਦਾ ਫਰਕ ਪੈ ਜਾਂਦਾ ਨਾ ਸਹੀ ਹੈ ਜੀ ਬਿਲਕੁਲ ਉਹ ਬੰਦਾ ਜਿਹੜਾ ਜ਼ਿਆਦਾ ਸੋਧ ਕੇ ਛੱਡਦਾ ਜ਼ਿਆਦਾ ਸੌਖਾ ਹੁੰਦਾ ਉਤੋਂ ਭੱਜਣਾ ਸੌਖਾ ਸਹੀ ਹੈ ਦੂਜਾ ਉਹ ਥੋੜਾ ਜਿਹਾ ਜਿਹੜਾ ਵਿੰਗਾ ਕਰ ਲੈਂਦਾ ਉਹ ਥੋੜੀ ਬਹੁਤੀ ਸ਼ਾਈ ਹੁੰਦੀ ਉਹਦੇ ਚ ਕਰਨਾ ਖੜਾ ਵੀ ਰਹਿ ਸਕਦਾ ਸਹੀ ਹੈ ਜੀ ਬਾਕੀ ਜਿਹਦਾ ਦੇਣਾ ਲੈਣਾ ਉਹ ਚਲਾ ਹੀ ਤਾਂ ਜਾਂਦਾ ਉਹਦੇ ਘਰ ਦਾ ਉਹਦਾ ਅੰਨ ਪਾਣੀ ਹੋ ਜਾਂਦਾ ਤੇ ਉਹਨੂੰ ਉਹਨੇ ਕੁਝ ਦੇਣਾ ਹੁੰਦਾ ਤੇ ਉਹ ਤਾਂ ਹੀ ਉਹਦੇ ਕੋਲ ਜਾਂਦਾ ਕੋਈ ਨਸਲ ਬਣਨੀ ਹੁੰਦੀ ਆ ਕੋਈ ਲੈਣ ਦੇਣ ਹੁੰਦਾ ਹੈ ਅਗਲੇ ਪਿਛਲੇ ਜਨਮ ਦਾ ਉਹ ਕੱਢਣ ਵਾਸਤੇ ਇਕਦਾਰ ਤੇ ਬਾਈ ਇੱਕ ਨਾ ਆਪਣਾ ਕਮੈਂਟ ਆਉਂਦਾ ਹੁੰਦਾਗਾ ਵੀ ਬਹੁਤ ਜ਼ਿਆਦਾ ਬੰਦੇ ਜਿਹੜੇ ਕਮੈਂਟ ਕਰਦੇ ਆ ਵੀ ਜਿਵੇਂ ਕਿਸੇ ਵਧੀਆ ਕਬੂਤਰਬਾਜ਼ ਨਾਲ ਗੱਲਬਾਤ ਹੋਈ ਉਹਨਾਂ ਤੋਂ ਡਾਈਆਂ ਦਾ ਸਿਸਟਮ ਪੁੱਛਿਓ ਵੀ ਕਬੂਤਰ ਦੇ ਲਈ ਜਿਹੜੀਆਂ ਸੁੱਕੀਆਂ ਡਾਈਆਂ ਨੇ ਉਹ ਕਿੰਨੀਆਂ ਕਰਵਾਉਣੀਆਂ ਚਾਹੀਦੀਆਂ ਨੇ ਪਾਣੀ ਵਾਲੀਆਂ ਡਾਈਆਂ ਕਿੰਨੀਆਂ ਕਰਵਾਉਣੀਆਂ ਚਾਹੀਦੀਆਂ ਦੇਖੋ ਜੀ ਉਹ ਤਾਂ ਕਬੂਤਰ ਦੇ ਸਿਰ ਤੇ ਆ ਖਿਡਾਰੀ ਤਾਂ ਉਹ ਜਣੀ ਆਮ ਲੋਕਾਂ ਦੇ ਵਿੱਚ ਜਿਹੜਾ ਅਸੀਂ ਸੁਣਦੇ ਆਂ ਵੀ 10 ਦਿਨ ਲਗਾਤਾਰ ਛੱਡ ਦਿਓ ਠੀਕ ਹੈ ਜੀ 8 ਦਿਨ ਬਾਅਦ ਦੇ ਵਿੱਚ ਉਹਨੂੰ ਵਾਰੀਆਂ ਕਰਾ ਲਓ ਫਿਰ ਪਾਣੀ ਦੇ ਕਰ ਲਓ ਹੁਣ ਕਈ ਕਬੂਤਰ ਐਸੇ ਜੇ ਆ ਜਿਹੜੇ ਮਹੀਨਾ ਚੱਲਦੇ ਹੀ ਨਹੀਂਗੇ ਉਹਨੂੰ ਤੁਸੀਂ ਕਿਵੇਂ ਪਾਣੀ ਦੇ ਕਰ ਲਓਗੇ ਕਈ ਕਬੂਤਰ ਐਸੇ ਜੇ ਜਿਹੜੇ ਰੋਜ਼ ਛੱਡੀ ਨਹੀਂ ਜਾਂਦੇ ਜੇ ਅੱਜ ਹੀ ਪਹਿਲੇ ਦਿਨ ਖੱਪ ਕੇ ਆਉਂਦਾ ਉਹ 4 ਘੰਟੇ ਤੇ 6 ਘੰਟੇ ਉੱਡ ਕੇ ਆਉਂਦਾ ਉਹਨੇ ਕਦੋਂ ਪਾਣੀ ਮਾਣੀ ਕੀਤਾ ਤਾਂ ਉਹਨੇ ਕਿਤੇ ਕਣਕ ਨਹੀਂ ਖਿੱਚੀ ਉਹਨੂੰ ਸਵੇਰ ਛੱਡ ਕੇ ਤਾਂ ਫਿਰ ਜਲ ਲਾਂਗੇ ਹਾਂਜੀ ਉਦੋਂ ਉਹਦੀ ਲੱਕ ਦੇ ਹਿਸਾਬ ਨਾਲ ਸੂਤ ਆਊਗਾ ਵੀ ਕਿੰਨੇ ਦਿਨਾਂ 'ਚ ਬਣਦਾ ਕੋਈ ਜ਼ਰੂਰੀ ਨਹੀਂ ਕਿ ਆਪਾਂ 25 ਦਿਨਾਂ 'ਚ ਹੀ ਬਾਜੀ ਛੱਡਣਾ ਕਈ 25 ਦਿਨਾਂ 'ਚ ਚੱਲਦੇ ਵੀ ਨਹੀਂ ਕਈ ਜਾਨਵਰ ਛੇ ਦੀ ਵੀ ਪਾਣੀ ਮੰਗ ਲੈਂਦੇ ਛੇ ਦੀ ਪਾਣੀ ਮੰਗ ਲੈਂਦੇ ਵੱਧ ਡਾਬੇ ਜਿਹੜੇ ਉਹ ਨਹੀਂ ਇਹਨਾਂ 'ਚ ਨਹੀਂ ਕੋਈ ਤਾਂ ਜਾਨਵਰ ਨੂੰ ਪੜਨਾ ਹੈ ਯਾਰ ਕਬੂਤਰਬਾਜ਼ੀ ਦਾ ਬਸ ਗੱਲ ਕਰ ਸਹੀ ਹੈ ਸਮਝ ਬੱਲ ਆ ਜਾਣੀ ਹਰੀਆਂ ਬਹੁਤ ਇੰਨੀਆਂ ਹਰੀਆਂ ਤੈਨੂੰ ਦੱਸ ਨਹੀਂ ਸਕਦੇ ਤੇ ਜਿੱਤੀਆਂ ਵੀ ਇੰਨੀਆਂ ਵੀ ਉਹਨਾਂ ਦਾ ਵੀ ਕੋਈ ਯਾਦ ਨਹੀਂ ਗਾ
ਕਿਹੜਾ ਖਿਡਾਰੀ ਹੈ ਵੀ ਜਿਹਦੇ ਨਾਲ ਆਪਾਂ ਜਿਹਦੇ ਥੱਲੇ ਹਰੇ ਨਹੀਂ ਅਤੇ ਜਾਂ ਜੀ ਨੂੰ ਦਿੱਤੇ ਪਰ ਕੋਈ ਵੱਲ ਨਹੀਂ ਵੀਰ ਮੇਰੇ ਇਹਦਾ ਕੋਈ ਹੱਲ ਅਤੇ ਬਾਈ ਜਿਹੜੀ ਸਰਦੀਆਂ ਦੇ ਵਿੱਚ ਤਾਂ ਆਪਣੇ ਕਬੂਤਰ ਬੰਦ ਹੁੰਦੇ ਹੈਗੇ ਉਦੋਂ ਖੁਰਾਕ ਕਿਹੜੀ ਰੱਖਣੀ ਚਾਹੀਦੀ ਕਬੂਤਰਾਂ ਦੀ ਉਹ ਤਾਂ ਆਪਦੀ ਪਹੁੰਚ ਮੁਤਾਬਕ ਜਿੰਨੀ ਵੀ ਚੰਗੀ ਪਾ ਸਕਦੇ ਉਦੋਂ ਕਬੂਤਰਾਂ ਨੂੰ ਬੈਠਿਆਂ ਨੂੰ ਆਪਾਂ ਜਿੰਨੀ ਮਰਜ਼ੀ ਖੁਰਾਕ ਪਾ ਲਓ ਹਾਂ ਵੀ ਜਾਣੀ ਲੋੜ ਮੁਤਾਬਕ ਵੀ ਬਹੁਤ ਜ਼ਿਆਦਾ ਖੁਰਾਕ ਦਾ ਵੀ ਕੋਈ ਫਾਇਦਾ ਨਹੀਂ ਜੇ ਜ਼ਿਆਦਾ ਖੁਰਾਕ ਸੂਦ ਆਉਂਦਾ ਹੁੰਦਾ ਫਿਰ ਸਰਦਾਰ ਤਸਵੀਰ ਅੜਕੀ ਸਾਨੂੰ ਤਾਂ ਅੱਗੇ ਨਹੀਂ ਆਉਣ ਦਿੰਦੇ ਸੀ ਸਹੀ ਗੱਲ ਹੈ ਟਰੱਕਾਂ ਦੇ ਟਰੱਕਾਂ ਦੇ ਪਾ ਸਕਦੇ ਸੀ ਸਾਨੂੰ ਵੀ ਕਿਸੇ ਨੇ ਜਿਹੜੇ ਤਲੜੇ ਖਿਡਾਰੀ ਬਣ ਗਏ ਜਾਂ ਹੁਣ ਮੰਨ ਕੇ ਚਲੋ ਮੈਨੂੰ ਥੋੜ੍ਹਾ ਬਹੁਤਾ ਲੋਕ ਜਾਣਨ ਲੱਗ ਪਏ ਆ ਮੇਰੇ ਕੀ ਤਾਂ ਵਾਰੀ ਨਹੀਂ ਆਉਂਦੀ ਸੀ ਬਿਲਕੁਲ ਜੀ ਤਾਂ ਖੁਰਾਕ ਦਿਮਾਗ ਨਸਲ ਸਾਰਾ ਕੁਛ ਸਾਰੀਆਂ ਚੁੰਡਾਂ ਬਰਾਬਰ ਕਰੇਗਾ ਚਾਰੇ ਤਾਂ ਬਾਜੀ ਜਿੱਤੀ ਜਾਊਗੀ ਵੀਰ ਮੇਰੇ ਨਹੀਂ ਕਦੇ ਚੱਲ ਅਤੇ ਬਾਈ ਜੇ ਆਪਾਂ ਕਬੂਤਰਬਾਜ਼ੀ ਦੀ ਗੱਲ ਕਰੀਏ ਤਾਂ ਕਿੰਨਾ ਕੁ ਸਮਾਂ ਲੱਗ ਜਾਂਦਾ ਬੰਦੇ ਨੂੰ ਕਬੂਤਰਬਾਜ਼ ਬਣਨ ਦੇ ਵਿੱਚ ਵੀ ਜਿਹੜਾ ਹਾਂ ਆਪਦਾ ਨਾਂ ਬਣਾਉਣ ਦੇ ਵਿੱਚ ਇਹਦਾ ਅੰਤ ਨਹੀਂ ਮੈਨੂੰ 46 ਸਾਲ ਹੋ ਗਏ 46 ਸਾਲ ਲੱਗ ਜਾਣਾ ਬਾਈ ਮੈਂ ਤਾਂ ਜੇ ਸਿੱਖੀ ਜਾਂਦਾ ਮੈਨੂੰ ਕਿਸੇ ਦਾ ਨਹੀਂ ਪਤਾ ਕਿਸੇ ਨੂੰ ਖੇਤੀ ਵੀ ਵੱਲ ਆ ਗਿਆ ਜਾਂ ਮੁੰਡੇ ਪੜ੍ਹੇ ਲਿਖੇ ਹੋਣੇ ਜਿਵੇਂ ਸ਼ਨੀ ਜ਼ਿਆਦਾ ਪੜ੍ਹੇ ਲਿਖੇ ਜਿਹਨੂੰ ਖੇਤੀ ਵੱਲ ਆ ਗਿਆ ਕਬੂਤਰਬਾਜ਼ੀ ਦੇ ਵਿੱਚ ਦਿਮਾਗ ਵੀ ਬਹੁਤ ਜ਼ਰੂਰੀ ਹੈ ਨਹੀਂ ਨਹੀਂ ਭਾਈ ਇੰਨਾ ਚਿਰ ਤੁਹਾਨੂੰ ਕਬੂਤਰ ਦੇ ਢਿੱਡ ਦਾ ਨਹੀਂ ਪਤਾ ਲੱਗਦਾ ਫੋਟੇ ਦੀ ਸਮਝ ਨਹੀਂ ਆਉਂਦੀ ਉਹਨਾਂ ਚਿਰ ਤੁਸੀਂ ਕਿਸੇ ਨਾ ਖਿਡਾਰੀਆਂ ਕਿਸੇ ਮਤਲਬ ਵੀ ਬਿਲਕੁਲ ਸਹੀ ਹੈ ਤੇ ਇੱਕ ਬਾਈ ਆਪਾਂ ਨੂੰ ਕਮੈਂਟ ਕਰਦੇ ਹੁੰਦੇ ਆ ਵੀ ਜਿਹੜਾ ਕਬੂਤਰ ਸੁੱਜ ਜਾਂਦੇ ਆ ਉਹਨਾਂ ਦਾ ਕੋਈ ਇਲਾਜ ਉਹਨਾਂ ਦਾ ਕੋਈ ਇਲਾਜ ਆ ਵੀ ਉਹਨਾਂ ਨੂੰ ਜੇ ਨਸਲੋ ਚੰਗਾ ਹੈ ਉਹਨੂੰ ਬੱਚਿਆਂ ਵਾਸਤੇ ਰੱਖ ਲਓ ਅਤੇ ਜੇ ਥੋੜ੍ਹਾ ਤੁਹਾਨੂੰ ਵੱਧ ਘਾਟਾ ਲੱਗਦਾ ਤੁਹਾਨੂੰ ਕਹਾਂ ਕਿਸੇ ਨੂੰ ਖਿਲਾ ਦਿਓ ਵੀ ਹੋਰ ਕੰਮ ਦਾ ਨਹੀਂ ਰਹਿੰਦਾ ਵੀਰੇ ਯਾਰ ਕਾਹਦਾ ਕੰਮ ਦਾ ਜੇ ਵਿੱਚੋਂ ਸਾਰੇ ਸਾਲ ਦੇ ਵਿੱਚ ਸਾਰੇ ਇਲਾਕੇ ਦੇ ਵਿੱਚ ਜੇ 100 ਕਬੂਤਰ ਸੁੱਜਦਾ ਅਤੇ ਉਹਦੇ 'ਚੋਂ ਇੱਕ ਅੱਧਾ ਹੀ ਤਨ ਪੱਤਣ ਲੱਗਦਾ 99 ਫਿਰ ਜਦੋਂ ਪਾਣੀ ਦੇ ਕਰੇਗਾ ਫਿਰ ਖਰਾਬ ਹੀ ਸਾਡੇ ਹਿਸਾਬ ਨਾਲ ਤਾਂ ਇਹੀ ਆ ਵੀ ਸਾਨੂੰ ਤਾਂ ਇਲਾਜ ਉਹਦਾ ਹੈ ਨਹੀਂ ਗਾ ਕੋਈ ਜੇ ਕਿਸੇ ਕੋਲ ਹੈਗਾ ਤਾਂ ਭਰਾ ਬਣ ਕੇ ਮੈਨੂੰ ਵੀ ਦੱਸ ਦਿਓ ਜੀ ਮੈਂ ਵੀ ਕਰ ਲਿਆ ਕੋਈ ਵੀ ਦਿੱਤਾ ਹੀ ਆਉਂਦੀ ਠੀਕ ਹੈ ਜੀ ਅਤੇ ਜਿਵੇਂ ਬਾਈ ਅੱਜ ਦਾ ਦਿਨ ਸੀਗਾ ਵੀ ਅੱਜ ਥੋੜ੍ਹਾ ਜਿਹਾ ਮਤਲਬ ਮੱਠਾ ਜਿਹਾ ਦੇਣਾ ਹੈਗਾ ਬਾਹਲੀ ਗਰਮੀ ਵੀ ਨਹੀਂ ਹੈਗੀ ਜ਼ਿਆਦਾ ਅਤੇ ਬਾਹਲੀ ਠੰਡ ਵੀ ਆਪਣੀ ਬਾਹਲਾ ਜਿਹੜਾ ਠੰਡਾ ਵੀ ਹੈ ਨਹੀਂ ਗਾ ਅਤੇ ਅੱਜ ਬਾਈ ਕਿੰਨੇ ਕੁ ਬਦਾਮਾਂ 'ਤੇ ਸਾਂਭਣਾ ਚਾਹੀਦਾ ਜੀ ਪੁੱਤਰ ਬਦਾਮਾਂ ਤਾਂ ਹੁਣ ਫਿਰ ਉੱਥੀ ਗੱਲ ਆ ਕੇ ਮੁੱਕ ਜਾਂਦੀ ਹੈ ਕਬੂਤਰ ਦੇ ਸਿਰ 'ਤੇ ਹੀ ਹੈ ਬਾਈ ਕਬੂਤਰ ਨੇ ਕੱਲ੍ਹ ਮਿਲਾ ਕੇ ਪੜ੍ਹਨਾ ਘਰੇ ਉਹਦੀ ਖੁਰਾਕ ਕੀ ਆ ਬਿਲਕੁਲ ਘਰੇ ਕਿਵੇਂ ਉੱਡਦਾ ਸਾਰੇ ਮੁਲਕ ਨੂੰ ਪਤਾ ਲੱਗ ਗਿਆ ਵੀ ਕੱਲ੍ਹ ਵੀ ਖਰਾ ਲਾ ਦਿਓ ਠੀਕ ਹੈ ਮੂੜ ਗਿਰੀ ਦੇ ਦਿਓ 2 ਗਿਰੀਆਂ ਦੇ ਦਿਓ ਉਹ ਸਾਰੇ ਉੱਥੇ ਹੀ ਆ ਇਹਨਾਂ ਦੇ ਵਿੱਚੋਂ ਹੀ ਕਿਸੇ ਨਾ ਕਿਸੇ ਦੇ ਸਿਰ ਸਿਰਾ ਬੰਨਣਾ ਜੇ ਤੜਾ ਸਹੀ ਹੈ ਜੀ ਉਹਨਾਂ ਦੇ ਵਿੱਚੋਂ ਪਾਣੀ 'ਚ ਵੀ ਬਹਿਣੇ ਆ ਉਹਨਾਂ ਦੇ ਵਿੱਚੋਂ ਪਾਸੇ ਬਹਿ ਕੇ ਵੀ ਕਰਨੇ ਆ ਵਿੱਥ ਵੀ ਪਾਉਣੀ ਆ ਸਾਰਾ ਮੁੰਡੇ ਉਸੇ ਤੋਂ ਹੋ ਜਾਈਆ ਕੋਈ ਚੋਰੀ ਦੇਈ ਜਾਂਦਾ ਕੋਈ ਮੇਰੇ ਘਰ ਦੋਪਹਰ ਦੱਸੀ ਜਾਂਦਾ ਹਾਂ ਬਿਲਕੁਲ ਜੀ ਬਿਲਕੁਲ ਸਹੀ ਹੈ ਗੇਮ ਸਾਰੀ ਆਹੀ ਹੁੰਦੀ ਆ ਨਾ ਜੀ ਪੁੱਤਰ ਨੂੰ ਠੰਡਾ ਕਰਨਾ ਸਾਹਮਣਾ ਪਾਣੀ ਲਾਉਣਾ ਪਾਣੀ ਧਾਣੀਆਂ ਮੋਟ ਲਾ ਦੋ ਜਿਹੜੇ ਪੁਰਾਣੇ ਬਜ਼ੁਰਗਾਂ ਨੇ ਬਣਾਤੇ ਸਹੀ ਹੈ ਜੀ ਕਿਸੇ ਨੇ ਉਹਦੇ 'ਚ ਕੋਈ ਦੋ ਚੀਜ਼ਾਂ ਹੋਰ ਪਾ ਲਈਆਂ ਕਿਸੇ ਨੇ ਕੱਢ ਦੀਆਂ ਬਿਲਕੁਲ ਜੀ ਠੀਕ ਹੈ ਉਹਦਾ ਹੀ ਕੋਈ ਮੰਨ ਕੇ ਚਲੋ ਸਹੀ ਇਸਤੇਮਾਲ ਹੋਊਗਾ ਜਿੱਦੇ ਅਸੀਂ ਸਹੀ ਹੋ ਗਏ ਉਹਦੇ ਕਹਿੰਦੇ ਵੀ ਬੱਲੇ 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 ਅੱਜ ਅਸੀਂ ਐਂ ਕਰਦਾ ਤੇ ਜਿੱਦੇ ਬਹਿ ਜਾਂਦਾ ਉਹਦੇ ਮੇਰੇ ਰਿਕਾਰਡਿੰਗ ਪਾਉਣ ਤੋਂ ਵੀ ਡਰਦਾ ਵੀ ਕੋਈ ਵੀ ਨਾ ਪਾ ਦੇ ਵੀ ਅੱਜ ਕੰਦੇ ਕਰ ਤੁਸੀਂ ਨਹੀਂ ਬਹਿ ਗਏ ਬਾਈ ਖੇਡ ਤਾਂ ਉਹੀ ਹੁੰਦੀ ਆ ਜਾਨਵਰ ਦੀ ਤੰਦਰੁਸਤੀ ਜਾਨਵਰ ਦੀ ਤੰਦਰੁਸਤ ਉੱਠਦਾ ਬਾਈ ਬਿਲਕੁਲ ਠੀਕ ਹੈ ਉਸੇ ਤੇ ਹਰਨਾ ਉਸੇ ਤੇ ਜਿੱਤਣਾ ਹਾਂ ਠੀਕ ਹੈ ਉਸੇ ਤੇ ਸਭ ਤੋਂ ਮੇਨ ਮਤਲਬ ਕੀ ਗੱਲ ਡਿਪੈਂਡ ਕਰਦੀ ਹੈ ਜਾਨਵਰ ਸਹੀ ਆ ਤਾਂ ਆਪਾਂ ਬਾਜੀ ਵਿਨ ਕਰ ਸਕਦੇ ਹਾਂ 80 ਪੈਸੇ ਤੁਹਾਨੂੰ ਜਾਨਵਰ ਚਾਹੀਦਾ ਹੀ ਤੁਸੀਂ 20 ਪੈਸੇ ਸਾਡੇ ਬਿਲਕੁਲ ਜੀ ਹੁਣ ਖੇਡ ਕੀ ਆਪਾਂ ਜੇ ਕਈ ਅਹਿਮੀਅਤ ਦੇ ਦਿੰਦੇ ਪਾਣੀ ਨੂੰ ਪਾਣੀ ਬਹੁਤ ਤਗੜੀ ਚੀਜ਼ ਆ ਹਨਾ ਜੇ ਜਾਨਵਰ ਹੀ ਨਹੀਂ ਤੰਦਰੁਸਤ ਹਾਂ ਬਾਈ ਫਿਰ ਪਾਣੀ ਵੀ ਉਹ ਜੇ ਕਬੂਤਰ ਦੇ ਹੁਣ ਆਪਾਂ ਮਤਲਬ ਵੀ ਡੱਗ ਤੇ ਲਾ ਦਈਏ ਪਾਣੀ ਫਿਰ ਉਹਨੂੰ ਪਾਣੀ ਵੀ ਕੀ ਕਰੂਗਾ ਹਨਾ ਜੀ ਪੜਨਾ ਪੈਂਦਾ ਡਾਵਾ ਕਬੂਤਰ ਹੋਵੇ ਚੰਗਾ ਕਬੂਤਰ ਹੋਵੇ ਹਨਾ ਬਿਲਕੁਲ ਜੀ ਇੱਕ ਗੱਲ ਹੋਰ ਦੱਸੋ ਜੀ ਮਤਲਬ ਕਿ ਜੋ ਘਰ ਵਾਲੇ ਬੰਦੇ ਦੇ ਸਿਰ ਤੇ ਜ਼ਿਆਦਾ ਕਬੂਤਰ ਉੜਦਾ ਜਾਂ ਫਿਰ ਜੋ ਬੰਦਾ ਬਾਜੀ ਤੇ ਆ ਕੇ ਨਿਗਾਹ ਰੱਖਦਾ ਜਾਂ ਘਰ ਵਾਲੇ ਦੇ ਜ਼ਿਆਦਾ ਸਿਰ ਵਾਲੇ ਦੇ ਸਿਰ ਤੇ ਵੀਰੇ ਜਿਹੜਾ ਇੱਥੇ ਆਇਆ ਤਾਂ ਉਲਾ ਮਾਰਦਾ ਹੁਣ ਮੈਂ ਕਰਕੇ ਛੱਡ ਕੇ ਗਿਆ ਹੁਣ ਮੁੜ ਕੇ ਹੁਣ ਜੇ ਉੱਥੋਂ ਉੱਡ ਗਿਆ ਇਹਨੂੰ ਪਾਣੀ ਨਹੀਂ ਪਤਾ ਕਦੋਂ ਦੇਣਾ ਬਦਾਮ ਨਹੀਂ ਪਤਾ ਕਦੋਂ ਕਿੰਨੇ ਟਾਈਮ ਬਾਅਦ ਦੇਣੇ ਆ ਤੇ ਫਿਰ ਬਾਜੀ ਵਾਲਾ ਵਧੀਆ ਰਹੂਗਾ ਘਰ ਵਾਲਾ ਸਹੀ ਹੈ ਜੀ ਸਹੀ ਹੈ ਮਤਲਬ ਕਿ ਘਰੇ ਜਿੰਨੀ ਆਪਣੀ ਮਿਹਨਤ ਜ਼ਿਆਦਾ ਹੋਊਗੀ ਜੇ ਆਪਾਂ ਕਬੂਤਰ ਨੂੰ ਜ਼ਿਆਦਾ ਟਾਈਮ ਦਵਾਂਗੇ ਤਾਂ ਆਪਾਂ ਨੂੰ ਕਬੂਤਰ ਦਾ ਵਧੀਆ ਰਿਜ਼ਲਟ ਮਿਲੂਗਾ ਹੁਣ ਘਰੇ ਕਬੂਤਰ ਜ਼ੋਰ ਵੱਧ ਲਾ ਜਿਹਨੂੰ ਸਾਂਭਣਾ ਨਾ ਆਵੇ ਤੇ ਬਾਜੀ ਕਦੋਂ ਬਿਲਕੁਲ ਜੀ ਬਿਲਕੁਲ ਦਾਣੇ ਤਾਂ ਨਹੀਂ ਚੌਗੀ ਲੈਣੇ ਵੀਰੇ ਭਾਵੇਂ ਘਰ ਵਾਲਾ ਨਾ ਜਿਹੜਾ ਨਾ ਪੂਰਾ ਮੈਸਤਰੀ ਚਾਹੀਦਾ ਹਾਂ ਫੁੱਲ ਹਾਂਜੀ ਬਾਹਰ ਵਾਲਾ ਤਾਂ ਚੱਲ ਜੂ ਬਾਹਰ ਤਾਂ ਇੱਥੇ ਕੋਈ ਹੋਰ ਵੀ ਨਾਲ ਲਾ ਕੇ ਦਿਖਾ ਦੂ ਕਿਸੇ ਹਾਂ ਬਿਲਕੁਲ ਬੰਦਾ ਨਾਲ ਜਾਣ ਲਿਆ ਕੇ ਪਾਣੀ ਦੇ ਕੇ ਛੱਡ ਦੂ ਜਿਵੇਂ ਹੁਣ ਮੈਂ ਤੁਹਾਨੂੰ ਗੱਲ ਲੰਮੀ ਹੋ ਜੂਗੀ ਮੇਰਾ ਇੱਕ ਦੋਸਤ ਆ ਮੁੰਡਾ ਨਾ ਦੇਖੋ ਤਾਂ ਲੈਂਦਾ ਨਹੀਂ ਉਹਨੂੰ ਬੜੇ ਫੋਨ ਕਿਸੇ ਬੰਦੇ ਨਾਲ ਉਹਦਾ ਸੰਪਰਕ ਹੋ ਗਿਆ ਸਹੀ ਹੈ 14-15 ਦਿਨ ਉਹਨੂੰ ਲਗਾਤਾਰ ਫੋਨ ਲਾ ਕੇ ਤੜਕੇ ਗੁੱਡ ਮਾਰਨਿੰਗ ਭੇਜਿਆ ਕਰੇ ਸਤਿ ਸ੍ਰੀ ਅਕਾਲ ਉਹ ਆਂਦਾ ਵੀ ਮੇਨ ਪੁਆਇੰਟ ਤੇ ਆ ਗੱਲ ਕੀ ਸਹੀ ਯਾਰ ਮੈਂ ਤੈਨੂੰ ਗੁਰੂ ਧਾਰਾ ਤੇ ਕੀ ਲਾਏਗਾ ਉਹਦਾ ਦੇ ਜਿਹੜਾ ਕੁਛ ਮਰਜ਼ੀ ਦੇ ਤੇ ਪਾਣੀ ਮੈਨੂੰ ਉਹੀ ਪਤਾ ਹੈਗਾ ਤੜਕੇ ਦੇ ਕੇ ਛੱਡਦੇ ਆ ਉਦੋਂ ਪਹਿਲਾਂ ਨਹੀਂ ਪਤਾ ਵੀ ਰਾਤ ਨੂੰ ਕੀ ਕਰਦਾ ਕੀ ਨਹੀਂ ਹੁੰਦਾ ਕਿਵੇਂ ਕੀ ਨਹੀਂ
ਬਦਾਮ ਕਦੋਂ ਪਾਉਣੇ ਕਿ ਆਉਣ ਸਾਰ ਪਾਣੀ ਦੇ ਦਿੰਦੇ ਉਦੋਂ ਵੀ ਕਬੂਤਰ ਖਰਾਬ ਕਰਦੇ ਬਿਲਕੁਲ ਜੀ ਅੱਡ ਅੱਡ ਤਰੀਕੇ ਸਾਰੇ ਕਬੂਤਰ ਦੇ ਹਾਲਾਤ ਨਾਲ ਹੀ ਕੰਮ ਚੱਲਣਾ ਯਾਰ ਕਬੂਤਰ ਦੇ ਹਿਸਾਬ ਨਾਲ ਚੱਲਣਾ ਕਿਹੋ ਜਿਹਾ जवाक ने नंबर वध लैने उत्ते वध जोर लग गया ठीक है क्लास भी बच्चे होंगे 35-40 उवें कबूतर भी करे पता हों जानवर वध जोर लाउंदा कुछ करू दो चीज हो जाती है ढिड भर पढ़ना पैंदा सही होगा जे बंदा कहे खिडारी बन जूगा नहीं समा सारी उम्र सिखदे आ ते सिखदे ही रहना बहुत हमारा पै भी जाए जित भी ले बहुत कुछ हो जाता कबूतरबाजी कुल मिला के चीज़ जानवर की मुक्त जो तंदुरुस्त आ तो सारा कुछ को जो है नहीं पानी खेड होर चीज़ा भी की कर जानवर ही नहीं चंगा है ना बिल्कुल ये चीज़ा जरूरी बिल्कुल अज फिर भाई कौन लगता भी किस्मत डिपेंड है कबूतरबाजा की नवां या पुराने की मैसेज देना चाहते यार साफ सुथरिया क्यों बी बाजिया हो इंसाफ हो हक दी जिहड़ी आ चीज आ बी सही है कबूतरबाजी बंदा करदा रात जागदा बहुत समा खराब हुंदा बंदे दा कदे पहले दिन नहीं एक दिन च बाजी नहीं छुट जांदी कढ़ना करना आंडिया चो बच्चे बई उहनूं उहदा इंसाफ मिल जाना चाहीदा उन्नियां लंबियां कबूतरबाजी चल जूगी नहीं फिर बई भांडे बोरी च दूजे पास इधरों देखो जी जोर लगे वो चीजा अपने लिए बहुत माड़िया बहुत लोग फोटो पाई जाते ठीक है जी बहुत चीजा गलत हाँ जी हाँ जी ए अपन फोटो वीडियो सोशल मीडिया तो जिन्ना दूर रहोगे उन्ना चंगे रहे कोई काम की चीज पाओ बाजी जिते हुई है दस दो जा कोई जितया ओ दस दो भी यार कबूतर की हालत का फिर उड़ना गर्मी च विगड़ उन्होंने अपनी कबूतरबाजी से भी असर पेगा निबड़िया करो इतने हर जाते कोई मेरे वर्गा हर गया कोई कर गया उदो का कुछ बोलना नहीं घरे जो बजद कहना गुरजाई च बह गया जाके उदो जाके एक बटन पा के रिकॉर्डिंग ही पानी है तो माहौल खराब होता सामने बंदे फोटो पा के गुमराह ना करिए आए हो गया जो हो गया उन्नी की गल करो जिन्नी यही मैसेज है जी जिहड़ा अपना कबूतर छड्डना आउंदा बाजी दे विच हां जी घरे किन्ना गड़ावा चाहीदा जी चार बजा जाके बाजी हार गया जिन्ने रुपये हुण कबूतरबाजी चा उन्ने तां किते भी नहीं सही है जी किसी नूं ना वल अज ना कल ना आया ना ना आउणे बिल्कुल जी किसी भरा नूं हैगा ओ तां माफी जोणे भी अगला हां सही है सही है हां हां बिल्कुल जी चलो जी हां जी कई वारी बंदा सोच लैंदा है कई बंदे बहुत विचों हां जी हां जी सिखदे ते सिखदे रहना ते पता नहीं नवा मोड कदों आ जाऊगा हैना ए तां 25-27 सालां दे विच आया नहीं ए किसी नूं भरा लगे नहीं महीने दी सही है जी ठीक है भाई जी धन्यवाद जी बहुत बहुत धन्यवाद जी सत श्री अकाल जी थोड़ा आया नु पहला ता हां जी प्रमोट करदे आ कबूतरबाजी नु हां जी हां जी ते बहुत बढ़िया लगया मैं।
थैंक यू।